ਯੂਕਰੇਨ ਦੇ ਵਿੱਚ ਜੰਗ ਦੇ ਦਰਮਿਆਨ ਵੀ ਪਹੁੰਚਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਲੰਗਰ ਪੋਲੈਂਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖ ਨੌਜਵਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਨਿਰੰਤਰ ਸੇਵਾ ਸਿੱਖਾਂ ਦੀ ਸੇਵਾ ਭਾਵਨਾ ਦੇ ਵਾਸਤੇ ਯੂਕਰੇਨ ਦੇ ਰਾਸ਼ਟਰਪਤੀ ਨੇ ਕੀਤਾ ਸਿੱਖ ਕੌਮ ਦਾ ਧੰਨਵਾਦ ਬੇਕਰੇ ਅਤੇ ਬੇਆਸਰਾ ਲੋਕਾਂ ਦੇ ਵਾਸਤੇ ਪੋਲੈਂਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਦਿੱਤੀ ਜਾ ਰਹੀ ਹੈ ਛੱਤ ਜੀ ਹਾਂ ਯੂਕਰੇਨ ਦੇ ਵਿੱਚ ਸਿੱਖ ਸਮੁਦਾਇ ਇੱਕ ਵਾਰ ਫੇਰ ਤੋਂ ਗੁਰੂ ਕੇ ਲੰਗਰ ਲੈ ਕੇ ਪਹੁੰਚ ਚੁਕਾਏ ਅਤੇ ਆਪਣੀ ਸਿੱਖੀ ਦੀ ਮਰਿਆਦਾ ਅਤੇ ਨਾਲ ਦੀ ਨਾਲ ਸਿੱਖੀ ਦੇ ਉਜ਼ੀਮੋ ਸ਼ਾਨ ਮਰਤਬੇ ਨੂੰ ਹੋਰ ਜ਼ਿਆਦਾ ਬਿਹਤਰੀਨ ਅੰਦਾਜ਼ ਦੇ ਵਿੱਚ ਪੇਸ਼ ਕਰਦੇ ਹੋਏ ਉਨ੍ਹਾਂ ਦੇ ਵੱਲੋਂ ਬਿਨਾਂ ਕਿਸੇ ਹਿਜਕਚਾਹਰ ਤੋਂ ਆਪਣੀ ਸੇਵਾ ਨੂੰ ਲਗਾਤਾਰ ਜਾਰੀ ਰੱਖਿਆ ਗਿਆ ਹੈ ਜਿੱਥੇ ਕਿ ਇਹ ਤਸਵੀਰਾਂ ਤੁਹਾਨੂੰ ਵੇਖ ਕੇ ਅੰਦਾਜ਼ਾ ਲੱਗ ਹੀ ਜਾਵੇਗਾ ਕਿ ਯੂਕਰੇਨ ਦੇ ਵਿੱਚ ਇਸ ਵਕਤ ਸਿੱਖ ਸਮੁਦਾਇ ਦੇ ਲੋਕਾਂ ਦੇ ਵੱਲੋਂ ਗੁਰੂ ਘਰ ਲੰਗਰ ਦੇ ਨਾਲ-ਨਾਲ ਬੇਆਸਰੀਆਂ ਅਤੇ ਬੇਘਰੇ ਲੋਕਾਂ ਦੇ ਵਾਸਤੇ ਛੱਤ ਦਾ ਇੰਤਜ਼ਾਮ ਵੀ ਕੀਤਾ ਜਾ ਰਿਹਾ ਹੈ ਨਾਲ ਹੀ ਉਹਨਾਂ ਨੂੰ ਹਰ ਪ੍ਰਕਾਰ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਮੁਹੱਈਆ ਕਰਵਾ ਕੇ ਸੇਵਾ ਕੀਤੀ ਜਾ ਰਹੀ ਹੈ ਜਿਸ ਕਰਕੇ ਨਾਲ ਦੀ ਨਾਲ ਯੂਕਰੇਨ ਦੇ ਰਾਸ਼ਟਰਪਤੀ ਦੇ ਵੱਲੋਂ ਵੀ ਸਿੱਖ ਕੌਮ ਦੀ ਤਾਰੀਫ਼ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਇਸ ਮੌਕੇ ਦੇ ਉੱਪਰ ਲੋਕਾਂ ਦੇ ਵੱਲੋਂ ਜੋ ਵੀ ਉਹਨਾਂ ਦੇ ਕੋਲ ਮੌਜੂਦ ਹੈ ਉਸ ਦੇ ਨਾਲ ਬੇਆਸਰਾ ਬੇਕਰੇ ਅਤੇ ਜ਼ਖਮੀ ਲੋਕਾਂ ਦਾ ਵੀ ਇਲਾਜ ਕਰਵਾਇਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਰਹਿਣ ਦੇ ਵਾਸਤੇ ਛੱਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਤੁਹਾਨੂੰ ਖਾਸ ਤੌਰ ਤੇ ਦੱਸ ਦਈਏ ਕਿ ਇਹ ਸੇਵਾ ਪੋਲੈਂਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਲਗਾਤਾਰ ਜਾਰੀ ਹੈ। ਅਦੇ ਇੱਥੇ ਮੌਜੂਦ ਸਥਾਨਕ ਲੋਕਾਂ ਅਤੇ ਨਾਲ ਦੀ ਨਾਲ ਖਾਲਸਾ ਐਡ ਦੇ ਵੀ ਕੁਝ ਵਲੰਟੀਅਰਸ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ। ਜੀ ਹਾਂ ਇੱਕ ਵਾਰ ਫੇਰ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲੰਗਰ ਆ ਚੁੱਕਿਆ ਏ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਇਸ ਤੋਂ ਇਲਾਵਾ ਨਾਲ ਦੀ ਨਾਲ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਲੋਕਾਂ ਦੇ ਵੱਲੋਂ ਅਰਦਾਸ ਵੀ ਕੀਤੀ ਜਾ ਰਹੀ ਹੈ ਕਿ ਇਹ ਜੰਗ ਜਲਦ ਤੋਂ ਜਲਦ ਥੰਮ ਜਾਵੇ ਅਤੇ ਲੋਕਾਂ ਨੂੰ ਸੁੱਖ-ਦਸਤਾ ਆ ਸਕੇ ਬਿਊਰੋ ਰਿਪੋਰਟ ਚਰਦੀ ਕਲਾ ਟਾਈਮ ਟੀਵੀ